ਸੰਸਾਰ ਭਰ ਵਿੱਚ ਗਾਈ ਜਾਣ ਵਾਲੀ ਵਿਸ਼ਵ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਦੇ ਰਚੇਤਾ ਅਤੇ ਹਿੰਦੀ ਦੇ ਪਹਿਲੇ ਨਾਵਲਕਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 187ਵਾਂ ਜਨਮ ਦਿਹਾੜਾ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਨਵ ਨਿਰਮਿਤ ਸਮਾਰਕ ਨਜ਼ਦੀਕ ਨਵਾਂਸ਼ਹਿਰ ਬੱਸ ਸਟੈਂਡ ਫਿਲੌਰ ਵਿਖੇ ਪੰਡਿਤ ਸ਼ਰਧਾ ਰਾਮ ਫਿਲੌਰੀ ਚੈਰੀਟੇਬਲ ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਆਏ ਹੋਏ ਪਤਵੰਤਿਆਂ ਅਤੇ ਟਰੱਸਟ ਦੇ ਮੈਂਬਰਾਂ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਨੂੰ ਫੁੱਲ ਮਲਾਵਾਂ ਅਰਪਿਤ ਕੀਤੀਆਂ, ਉਪਰੰਤ ਹਵਨ ਜਾਗ ਕਰਨ ਤੋਂ ਬਾਅਦ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਆਪ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਕੌਂਸਲਰ ਵੈਭਵ ਸ਼ਰਮਾ, ਸੁਰਿੰਦਰ ਡਾਵਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਅੱਜ ਬਹੁਤ ਹੀ ਖੁਸ਼ੀ ਦਾ ਪਾਲਿਆ, ਖੁਸ਼ੀ ਦਾ ਸਮਾਂ ਆ। ਅੱਜ 30 ਸਤੰਬਰ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਉਹ ਸ਼ਖਸੀਅਤ ਜਿਸ ਨੂੰ ਸਮੁੱਚਾ ਸੰਸਾਰ ਜਾਣਦਾ ਆ, ਉਹਨਾਂ ਦਾ ਅੱਜ ਜਨਮ ਦਿਵਸ ਆ। ਅੱਜ ਜਨਮ ਦਿਵਸ 'ਤੇ ਜਿਹੜੇ ਹੈਗੇ ਆ ਹਲਕਾ ਵਿਧਾਨ ਸਭਾ ਫਿਲੌਰ ਦਾ ਅਹਿਮ ਕਸਬਾ ਫਿਲੌਰ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ, ਕੌਂਸਲਰ ਸਹਿਬਾਨ ਨੇ, ਸਮੁੱਚੇ ਸਮੂਹ ਭਾਈਚਾਰੇ ਨੇ ਫਿਲੌਰ ਦੇ ਨੇ, ਅੱਜ ਜਿਹੜਾ ਹੈ ਉਹ ਜਨਮ ਦਿਵਸ ਜਿਹੜਾ ਹੈਗਾ ਮਨਾਇਆ ਆ। ਔਰ ਇਸ ਜਨਮ ਦਿਵਸ 'ਤੇ ਮੈਂ ਸਮੂਹ ਸਾਧ ਸੰਗਤ ਨੂੰ, ਵਿਦੇਸ਼ਾਂ ਦੇ ਵਿੱਚ ਵੱਸਦੀ ਹਲਕਾ ਵਿਧਾਨ ਸਭਾ ਫਿਲੌਰ ਦੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਔਰ ਨਾਲ ਦੀ ਨਾਲ ਇਹ ਆਸ ਕਰਦਾ ਹਾਂ ਕਿ ਆਓ ਆਪਾਂ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਜੀਵਨ ਨੂੰ ਜਾਂਚ ਕੇ ਪੜ੍ਹ ਕੇ ਜਿਹੜਾ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤੇ ਆ, ਜਿਹੜੀਆਂ ਸਾਨੂੰ ਅਮਿੱਟ ਪੈੜਾਂ ਪਾਈਆਂ ਆ, ਉਹਨਾਂ ਤੋਂ ਅਗਵਾਈ ਲੈ ਕੇ ਜਿਹੜਾ ਹੈਗਾ ਆਪਾਂ ਆਪਣਾ ਜੀਵਨ ਸਫਲ ਕਰੀਏ। ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਇੱਕ ਅਧਿਆਤਮਿਕ ਸੋਚ ਦੇ ਮਾਲਕ ਸਨ, ਇੱਕ ਕ੍ਰਾਂਤੀਕਾਰੀ ਇਨਸਾਨ ਸਨ, ਇੱਕ ਬਹੁਤ ਹੀ ਵੱਡੇ ਸਾਹਿਤਕਾਰ ਸਨ, ਜਿਹਨਾਂ ਨੇ ਢੇਰ ਸਾਰਾ ਸਾਹਿਤ, ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਜਿਹੜੇ ਹੈਗੇ ਆ ਪੰਜਾਬੀ ਉਸ ਵਕਤ ਦੀ ਪੰਜਾਬੀ ਮਾਂ ਬੋਲੀ ਨੂੰ ਦਿੱਤੀਆਂ, ਜਿਹਨਾਂ ਨੂੰ ਕੋਈ ਭੁਲਾਇਆ ਨਹੀਂ ਜਾ ਸਕਦਾ। ਉਸ ਦੇ ਵਿੱਚ ਪੰਜਾਬ ਦੇ ਕਲਚਰ, ਪੰਜਾਬ ਦੇ ਸੱਭਿਆਚਾਰ ਨੂੰ ਉਜਾਗਰ ਕੀਤਾ ਆ। ਔਰ ਨਾਲ ਦੀ ਨਾਲ ਉਹ ਸੰਸਾਰ ਦੇ ਵਿੱਚ ਜਿਹੜੇ ਹਰ ਮੰਦਰ ਦੇ ਵਿੱਚ ਧਾਰਮਿਕ ਸਥਾਨ ਦੇ ਵਿੱਚ ਉਹ ਆਰਤੀ ਜਿਹੜੀ ਹੈਗੀ ਆ ਆਚਾਰੀ ਜਾ ਰਹੀ ਆ, ਓਮ ਜੈ ਜਗਦੀਸ਼ ਹਰੇ ਉਹਦੇ ਰਚੇਤਾ ਸਾਡੇ ਪੰਡਿਤ ਰਾਮ ਸ਼ਰਧਾ ਰਾਮ ਫਿਲੌਰੀ ਜੀ ਆ, ਜਿਨ੍ਹਾਂ ਦਾ ਜਨਮ ਸਥਾਨ ਵੀ ਫਿਲੌਰ ਆ, ਜਿਨ੍ਹਾਂ ਨੇ ਇਸ ਫਿਲੌਰ ਦੇ ਵਿੱਚ ਬਹੁਤ ਵੱਡੀ ਧਾਰਨਾ ਕੀਤੀ ਹੈਗੀ ਆ, ਉਹਨਾਂ ਨੂੰ ਅੱਜ ਜਿਹੜਾ ਹੈਗਾ 30 ਸਤੰਬਰ ਜਿਹੜਾ ਹੈਗਾ ਅੱਜ ਦਾ ਦਿਨ ਹੈਗਾ ਉਸ ਦਿਨ 'ਤੇ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ। ਉੱਧਰ ਦੂਸਰੇ ਪਾਸੇ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਜਨਮ ਅਸਥਾਨ 'ਤੇ ਬਣੇ ਮੰਦਰ ਕਮੇਟੀ ਦੀਆਂ ਮਹਿਲਾ ਮੰਡਲੀ ਦੀਆਂ ਮਹਿਲਾਵਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਡਿਤ ਜੀ ਦੇ ਇਸ ਮੰਦਰ ਵਿੱਚ ਵੋਟਾਂ ਸਮੇਂ ਪਾਰਟੀ ਦਾ ਹਰ ਨੇਤਾ ਆ ਕੇ ਮੰਦਰ ਨੂੰ ਸੁੰਦਰ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ, ਪਰ ਵੋਟਾਂ ਤੋਂ ਬਾਅਦ ਸਭ ਭੁੱਲ ਜਾਂਦੇ ਹਨ। ਪੰਡਿਤ ਸ਼ਰਧਾ ਰਾਮ ਜੀ ਦਾ ਜਨਮ ਦਿਹਾੜਾ ਹਰ ਸਾਲ ਜਿਹੜੀ ਇਸਤਰੀ ਸਭਾ ਹਰੀ ਗਿਆਨ ਮੰਦਰ ਹਰ ਸਾਲ ਮਨਾਉਂਦੀ ਹੈ ਅਤੇ ਬੜੀ ਸ਼ਰਧਾ ਪੂਰਵਕ ਮਨਾਉਂਦੀ, ਪਰ ਗੱਲ ਇਹ ਹੈ ਕਿ ਇਹ ਜਿਹੜਾ ਜਨਮ ਦਿਹਾੜਾ ਔਰ ਇਸਤਰੀ ਸਭਾ ਆ, ਜਿੰਨਾ ਕੁ ਇਹਨਾਂ ਤੋਂ ਕਰ ਹੁੰਦਾ ਉਨਾ ਕੁ ਕਰਦੇ ਹੈ। ਸਾਡੀ ਜਿਹੜੀ ਹਰ ਸਾਲ ਇੱਕ ਮੰਗ ਰਹੀ ਕਿ ਜਿਹੜੇ ਸਾਡੇ MLA ਬਣਦੇ ਆ, ਜਦੋਂ ਤਾਂ ਇਲੈਕਸ਼ਨ ਹੁੰਦੀ ਹੈ ਅਤੇ ਹਰ ਬੰਦਾ ਆਉਂਦਾ ਅਤੇ ਉਹਦੀ ਇੱਕੋ ਹੀ ਗੱਲ ਹੁੰਦੀ ਆ ਕਿ ਇਹਨੂੰ ਬੜਾ ਉੱਚਾ ਚੱਕਿਆ ਜਾਊਗਾ, ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। MLA ਬਣ ਜਾਂਦੇ ਆ, ਉਹ ਤੋਂ ਬਾਅਦ 5 ਸਾਲ ਇੱਥੇ ਕੋਈ ਵੜਦਾ ਨਹੀਂ। ਉਹਨਾਂ ਦਾ ਜਨਮ ਦਿਹਾੜਾ ਇੱਥੇ ਮੰਨਣਾ ਚਾਹੀਦਾ ਸੀ ਸ਼ੁਰੂ ਤੋਂ, ਕਿਉਂ ਉਹਨਾਂ ਦਾ ਇਹ ਜਨਮ ਸਥਾਨ ਹੈ। ਅਤੇ ਪਰ ਕੀ ਹੈ ਕਿ ਜਗ੍ਹਾ ਜਗ੍ਹਾ ਮੂਰਤੀਆਂ ਰੱਖ ਲਈਆਂ ਗਈਆਂ ਉਹਨਾਂ ਦੀਆਂ, ਇੱਥੇ ਕੋਈ ਵੀ ਨਹੀਂ ਆਉਂਦਾ। ਇਸ ਵਾਰ ਵੀ ਜਿਹੜੇ ਸਾਡੇ ਰੋਕਸੀ ਭਾਅ ਜੀ MC ਹੈ, ਉਹ ਆਪਣੇ ਨਾਲ ਜਿਹੜੇ ਕਮੇਟੀ ਮੈਂਬਰ ਨੂੰ ਲੈ ਕੇ ਆਏ ਆ, ਅਤੇ ਥੋੜ੍ਹੀ ਰੌਣਕ ਲੱਗੀ ਹੈ, ਨਹੀਂ ਤਾਂ ਜਿਹੜੀਆਂ ਲੇਡੀਜ਼ ਹੈ ਇਹ ਆਪ ਹੀ ਜਿੰਨਾ ਕਿ ਇਹਨਾਂ ਤੋਂ ਕਰ ਹੁੰਦਾ ਕਰਦੀਆਂ। ਸਾਡੀ ਸਾਨੂੰ ਕੁਛ ਨਹੀਂ ਚਾਹੀਦਾ, ਸਾਡਾ ਮੰਦਰ ਕੋਈ ਪੈਸਾ ਨਹੀਂ ਮੰਗਦਾ, ਕੁਛ ਨਹੀਂ ਮੰਗਦਾ, ਇੱਕੋ ਹੀ ਹੈ
ਕਿ ਕਮ ਸੇ ਕਮ ਜਿਹੜੀ ਸਰਕਾਰ ਹੈ ਜਿਨ੍ਹਾਂ ਦਾ ਐਡਾ ਵੱਡਾ ਨਾਂ ਆ, ਉਹਨਾਂ ਦੀ ਆਰਤੀ ਸਾਰੀ ਦੁਨੀਆ 'ਤੇ ਗਾ ਹੁੰਦੀ ਹੈ, ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ, ਪਰ ਇੱਥੇ ਕੋਈ ਮੱਥਾ ਟੇਕਣ ਵੀ ਨਹੀਂ ਆਉਂਦਾ ਸਾਨੂੰ। ਮਤਲਬ ਕਿ ਸਰਕਾਰ ਤੋਂ ਇਹ ਸਭ ਤੋਂ ਵੱਡੀ ਨਾਰਾਜ਼ਗੀ ਹੈ ਕਿ ਐਡੇ ਵੱਡੇ ਮੰਦਰ ਨੂੰ ਕਿਸੇ ਨੇ ਵੀ ਉੱਚਾ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਰਮਨ ਕੁਮਾਰ ਨੇ ਕਿਹਾ ਕਿ ਸਾਰੇ ਸੰਸਾਰ ਵਿੱਚ ਪ੍ਰਸਿੱਧ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਅਸਥਾਨ ਅਤੇ ਇਹ ਮੰਦਰ ਸੰਨ 1867 ਦਾ ਬਣਿਆ ਹੈ, ਪਰ ਇਸ ਮੰਦਰ ਵਿੱਚ ਕਿਸੇ ਵੀ ਪਤਵੰਤੇ ਸੱਜਣ ਨੇ ਉਹਨਾਂ ਦਾ ਜਨਮ ਦਿਨ ਨਹੀਂ ਮਨਾਇਆ ਅਤੇ ਨਾ ਹੀ ਮੰਦਰ ਦਾ ਸੁੰਦਰੀਕਰਨ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਹ ਸ਼ਰਧਾ ਰਾਮ ਫਿਲੌਰੀ ਦਾ ਮੰਦਰ ਹੈਗਾ ਜੀ, ਇਹ 1867 ਦਾ ਬਣਿਆ ਹੈ ਜੀ, ਇਹ ਬਹੁਤ ਪੁਰਾਣਾ ਬਣਿਆ ਆ ਅਤੇ ਇਹ ਉਹਨਾਂ ਨੇ ਇੱਥੇ ਬੈਠ ਕੇ ਉਹਨਾਂ ਦੀ ਆਰਤੀ ਲਿਖੀ ਸੀ ਅਤੇ ਉਹ ਇਹ ਆਰਤੀ ਦੇ ਸੰਸਥਾਪਕ ਹੈ ਅਤੇ ਉਹਨਾਂ ਦਾ ਸਾਰਾ ਸਮਾਨ ਜਿੱਦਾਂ ਗੱਦੀ ਹੋਈ ਤੀ ਆਪਣੇ ਟੀ ਹੋਈ ਜਾਂ ਉਹਨਾਂ ਦੇ ਖੜਾਵਾਂ ਹੋਈਆਂ ਸਾਰਾ ਕੁਛ ਉਹਨਾਂ ਦਾ ਇੱਥੇ ਪਿਆ। ਹਰ ਸਾਲ ਉਹਨਾਂ ਦਾ ਕੋਈ ਨਾ ਕੋਈ ਪ੍ਰੋਗਰਾਮ ਮਨਾਇਆ ਜਾਂਦਾ, 30 ਸਤੰਬਰ ਨੂੰ ਮੂਰਤੀ ਪੂਜਾ ਜਾਂ ਉਹਨਾਂ ਦਾ ਜਨਮਦਿਨ ਵੀ ਮਨਾਇਆ ਜਾਂਦਾ। ਇਹ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਜਗ੍ਹਾ ਮੂਰਤੀਆਂ ਰੱਖੀਆਂ ਆ ਅਤੇ ਉੱਥੇ ਇਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ। ਇੱਥੇ ਇਹ ਮੰਦਰ ਦੇ ਵਿੱਚ ਵੋਟਾਂ ਦੇ ਟਾਈਮ 'ਤੇ ਅਲੱਗ ਅਲੱਗ ਪਾਰਟੀਆਂ ਦੇ ਅਲੱਗ ਅਲੱਗ ਬੰਦੇ ਆਉਂਦੇ ਆ, ਮੱਥਾ ਟੇਕਣ ਆਉਂਦੇ ਆ, ਆਪਣੀ ਆਪਣੀਆਂ ਕਾਮਨਾ ਮਨੋਕਾਮਨਾ ਪੂਰੀਆਂ ਕਰਕੇ ਜਾਂਦੇ ਆ ਅਤੇ ਮੁੜ ਕੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਵੜਦਾ ਅਤੇ ਕੋਈ ਇਹ ਕਹਿ ਕੇ ਜਾਂਦਾ ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਅਸੀਂ ਉਹਦਾ ਨਾਂ ਉੱਚਾ ਕਰਾਂਗੇ, ਅਸੀਂ ਯਾਨੀ ਕਿ ਇੱਥੇ ਉਹਨਾਂ ਦੀ ਕੋਈ ਯਾਦ ਵਿੱਚ ਕੋਈ ਚੀਜ਼ ਬਣਾਵਾਂਗੇ, ਯਾਨੀ ਕਿ ਜਾਂ ਕੋਈ ਪੈਸਾ ਕੋਈ ਧੇਲਾ ਕੋਈ ਕਿਸੇ ਦੇ ਨਿਗਾਹ ਤੱਕ ਇਹਨਾਂ ਨੇ ਕੁਛ ਕੀਤਾ ਨਹੀਂ ਹੈ ਜੀ। ਇਹੀ ਚੌਂਕ ਆ, ਚੌਂਕ ਦੇ ਵਿੱਚ ਉਹਨੇ ਜਗ੍ਹਾ ਹੈ ਜੀ, ਉੱਥੇ ਟ੍ਰਾਂਸਫਾਰਮਰ ਲਾਇਆ ਦੇ ਸਾਹਮਣੇ ਜੀ, ਜੇ ਇਸੇ ਜਗ੍ਹਾ 'ਤੇ ਇਹਨਾਂ ਦੇ ਸਾਹਮਣੇ ਕੋਈ ਮੂਰਤੀ ਚੌਂਕ ਦੀ ਉਹ ਤੋਂ ਬਾਹਰ ਅੰਦਰ ਲਾਉਣ ਦੀ ਬਜਾਏ ਇੱਥੇ ਦੱਸਤੀ ਜਾਂਦੀ, ਘੱਟੋ ਘੱਟ ਉਹਨਾਂ ਦੀ ਯਾਦ ਪਤਾ ਜਾ ਹੁੰਦੀ। ਇਹ ਲੇਡੀਜ਼ ਵਿਚਾਰੀਆਂ ਜਿਹੜੀਆਂ ਅਲੱਗ ਅਲੱਗ ਘਰਾਂ ਤੋਂ ਵਿਚਾਰੀਆਂ ਆ ਕੇ ਪ੍ਰਧਾਨ ਸਕੱਤਰ ਸੈਕਟਰੀ ਆਪ ਵਿਚਾਰੀਆਂ ਪੈਸੇ ਪੈਸੇ ਇਕੱਠੇ ਕਰਕੇ ਛੋਟਾ ਛੋਟਾ ਪ੍ਰੋਗਰਾਮ ਬਣਾਉਂਦੀਆਂ, ਕਦੀ ਜੱਗ ਕਦੀ ਕੁਛ, ਇਹ ਸਾਰੇ ਫੰਕਸ਼ਨ ਇਹ ਕਰਦੀਆਂ ਜੀ, ਸਾਰਾ ਇਹ ਆਪਣੇ ਪੂਰਾ ਜ਼ੋਰ ਸ਼ੋਰ ਲਾ ਕੇ ਕੰਮ ਕਰਦੀਆਂ ਜੀ ਅਤੇ ਬਾਕੀ ਸਰਕਾਰ ਵੱਲੋਂ ਇਹਨਾਂ ਦੀ ਕੋਈ ਵੀ ਆਰਥਿਕ ਮਦਦ ਨਹੀਂ ਕੀਤੀ ਜਾਂਦੀ। ਅਤੇ ਸਾਡੀ ਬੇਨਤੀ ਇਹੀ ਆ ਵੀ ਜਿਹੜਾ ਉਹਨਾਂ ਦਾ ਇੰਨਾ ਪਵਿੱਤਰ ਸਥਾਨ ਹੈਗਾ, ਉਹਨਾਂ ਦੀ ਇੰਨੀ ਵਧੀਆ ਜਗ੍ਹਾ ਹੈਗੀ ਆ, ਸਾਰਾ ਸੰਸਾਰ ਸਾਰਾ ਵਰਲਡ ਉਹਨੂੰ ਮੰਨਦਾ ਜੀ, ਸਾਰੇ ਵਰਲਡ ਦੇ ਵਿੱਚ ਉਹਨਾਂ ਦੀ ਆਰਤੀ ਗਾਈ ਜਾਂਦੀ ਆ, ਅਤੇ ਸਰਕਾਰ ਕੀ ਇਹਨੂੰ ਭੁੱਲ ਗਈ ਆ